ਸਰ ਸ਼ਿਕਾ ਜੀ ਮੈਂ ਲਾਪ੍ਰਿਤ ਕਰ ਹਾਜ਼ਰਾਂ ਜੀ ਹਰਜੀਤ कौर ਦੁਆਰਾ ਲਿਖੀ ਗਈ ਕਹਾਣੀ ਤੀਆਂ ਪਰਾਇਆ ਤਨ ਕਿਉਂ ਦਾ ਭਾਗ 10 ਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਮੀਤਾ ਨੇ B.Ed ਤੇ TET ਦੋਵੇਂ ਪੇਪਰ ਦੇ ਦਿੱਤੇ ਉਹਨਾਂ ਦੋਮਾ ਵਿੱਚ ਨੰਬਰ ਆ ਗਿਆ ਪਰ ਜਗਸੀਰ ਕਹਿੰਦਾ ਤੂੰ B.Ed ਕਰ ਲੈ ਕਿਉਂਕਿ B.Ed ਕੋਰਸ ਪੌੜੈਂਸ ਰਾਹੀਂ ਹੋ ਜਾਣੀ ਸੀ ਉਧਰ ਹਰਵਿੰਦਰ ਦੇ ਤਿੰਨ ਮਹੀਨੇ ਹੁੰਦੇ ਹੀ ਅਮਰ कौर ਉਹਦੇ ਮਗਰ ਪੈ ਗਈ ਚੱਲ ਚੈੱਕ ਕਰਾ ਕੇ ਆ ਹਰਵਿੰਦਰ ਕਹਿੰਦੀ ਮੈਂ ਨਹੀਂ ਐਤ ਕੀ ਬੀਬੀ ਜਾਣਾ ਤੂੰ ਬਾਬੇ ਤੋਂ ਦਵਾਈ ਖਵਾਈ ਆ ਤੈਨੂੰ ਭਰੋਸਾ ਨਹੀਂ ਬਾਬੇ ਤੇ ਮੀਤਾ ਨੂੰ ਵੇਖ ਕੇ ਉਹਦੇ ਵਿੱਚ ਵੀ ਹਿੰਮਤ ਆ ਗਈ ਸੀ ਧਰਮਬੀਰ ਵੀ ਕਹਿੰਦਾ ਰਿਹਾ ਪਰ ਉਹ ਕਹਿਣ ਲੱਗੀ ਭਵੇਂ ਮੈਨੂੰ ਮਾਰ ਦਿਓ ਪਰ ਮੈਂ ਨਹੀਂ ਜਾਣਾ ਉਹਦੇ ਸਿਰ ਅੱਗੇ ਉਹ ਹਾਰ ਗਏ ਬੀਬੀ ਵੀ ਸੋਚਿਆ ਬਾਬੇ ਦੀ ਦਵਾਈ ਨਾਲ ਮੁੰਡਾ ਹੀ ਹੋਏਗਾ ਇਸ ਲਈ ਉਹ ਚੁੱਪ ਕਰ ਗਈ ਮੀਤਾ ਦੀਆਂ 15 ਦਿਨ ਦੀਆਂ ਪੰਜਾਬੀ ਯੂਨੀਵਰਸਿਟੀ ਕਲਾਸਾਂ ਚੱਲਦੀਆਂ ਸਨ ਹਰ ਕੀਰਤ ਨੂੰ ਸਕੂਲ ਪੇਜ ਕੇ ਜਗਸੀਰ ਦੀ ਰੋਟੀ ਪਾਣੀ ਆਪ ਉਹ ਕਾਲੀ ਵਿੱਚ ਰੋਟੀ ਵੀ ਨਾ ਖਾਂਦੀ ਟਿਫਨ ਵਿੱਚ ਪਾ ਲੈਂਦੀ ਜਗਸੀਰ ਮੀਤਾ ਨੂੰ ਜੁਨੀਵਰਸਿਟੀ ਛੱਡ ਕੇ ਬੈਂਕ ਚਲਾ ਜਾਂਦਾ ਇੱਕ ਦਿਨ ਜਗਸੀਰ ਮੀਤਾ ਨੂੰ ਛੱਡ ਕੇ ਗਿਆ ਤਾਂ ਕਲਾਸ ਤੱਕ ਜਾਂਦੀਆਂ ਮੀਤਾ ਨੂੰ ਚੱਕਰ ਆਉਣ ਲੱਗੇ ਮੀਤਾ ਉੱਥੇ ਹੀ ਇੱਕ ਬੈਂਚ ਤੇ ਬੈਠ ਗਈ ਮੀਤਾ ਦੇ ਨਾਲ ਦੀ ਕੁੜੀ ਆਈ ਤਾਂ ਮੀਤਾ ਨੇ ਉਸ ਨੂੰ ਦੱਸਿਆ ਕਿ ਮੈਨੂੰ ਚੱਕਰ ਆ ਰਹੇ ਹਨ ਉਹ ਉਸ ਨੂੰ ਕਲਾਸ ਤੱਕ ਲੈ ਗਈ ਕਲਾਸ ਵਿੱਚ ਆ ਕਿ ਉਸ ਕੁੜੀ ਨੇ ਮੀਤਾ ਨੂੰ ਪਾਣੀ ਪਿਲਾਇਆ ਮੀਤਾ ਕੁਝ ਠੀਕ ਤਾਂ ਹੋਈ ਪਰ ਅਜੇ ਵੀ ਚੱਕਰ ਆ ਰਹੇ ਸਨ ਮੀਤਾ ਨੇ ਯੂਨੀਵਰਸਿਟੀ ਤੋਂ ਜਗਸੀਰ ਨੂੰ ਫੋਨ ਕੀਤਾ ਕਿ ਮੇਰੀ ਤਬੀਤ ਠੀਕ ਨਹੀਂ ਜਗਸੀਰ ਛੁੱਟੀ ਲੈ ਕੇ ਆ ਗਿਆ ਤੇ ਮੀਤਾ ਨੂੰ ਵੇਖਿਆ ਅੱਖਾਂ ਮਿੱਟੀ ਬੈਂਚ ਤੇ ਬੈਠੀ ਸੀ ਜਗਸੀਰ ਕਵਰਾਇਆ ਹੋਇਆ ਮੀਤਾ ਨੂੰ ਪੁੱਛਦਾ ਹੈ ਕਿ ਕੀ ਹੋਇਆ ਮੀਤਾ ਕਹਿੰਦੀ ਆਉਂਦੀ ਹੋਈ ਨੂੰ ਚੱਕਰ ਆ ਗਿਆ ਅੱਖਾਂ 'ਗੇ ਹਨੇਰਾ ਜਿਹਾ ਹੋ ਗਿਆ ਸੀ ਜਗਸੀਰ ਕਹਿੰਦਾ ਚਲ ਡਾਕਟਰ ਨੂੰ ਦਿਖਾਉਂਦੇ ਹਾਂ ਤੇ ਮੀਤਾ ਨੂੰ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਮੀਤਾ ਦਾ ਬੀਪੀ ਚੈੱਕ ਕੀਤਾ ਬੀਪੀ ਬਹੁਤ ਘੱਟ ਸੀ ਉਂਝ ਵੀ ਮੀਤਾ ਦਾ ਰੰਗ ਪੀਲਾ ਹੋਇਆ ਪਿਆ ਸੀ ਐਚਵੀ ਚੈੱਕ ਕੀਤਾ ਤਾਂ 7 ਗ੍ਰਾਮ ਸੀ ਡਾਕਟਰ ਪੁੱਛਣ ਲੱਗੀ ਕਿ ਪ੍ਰੈਗਨੈਂਸੀ ਤਾਂ ਨਹੀਂ ਹੈ ਮੀਤਾ ਕਹਿਣ ਲੱਗੀ ਡਾਕਟਰ ਸਾਹਿਬ ਇਸ ਵਾਰ 4-5 ਦਿਨ ਉੱਤੇ ਹੋ ਗਏ ਹਨ ਉਹ ਤਾਂ ਕਮਜ਼ੋਰੀ ਨਾਲ ਵੀ ਹੋ ਸਕਦਾ ਟੈਸਟ ਕਰ ਲੈਂਦੇ ਹਾਂ ਡਾਕਟਰ ਨੇ ਟੈਸਟ ਕੀਤਾ ਤਾਂ ਟੈਸਟ ਪੋਜ਼ਿਟਿਵ ਆਇਆ ਡਾਕਟਰ ਮੀਤਾ ਨੂੰ ਗੁੱਸੇ ਹੋਣ ਲੱਗੀ ਬੇਟਾ ਤੁਸੀਂ ਪਿੰਡਾਂ ਦੀਆਂ ਔਰਤਾਂ ਵੀ ਆਪਣਾ ਬਿਲਕੁਲ ਧਿਆਨ ਨਹੀਂ ਰੱਖਦੀਆਂ ਇੰਨੀ ਕਮਜ਼ੋਰੀ ਤੇ ਉੱਤੋਂ ਪ੍ਰੈਗਨਨਸੀ 21 ਸਾਲ ਦੀ ਉਮਰ ਵਿੱਚ ਹੀ ਬੁੱਢਿਆਂ ਵਾਂਗ ਦਿਖ ਰਹੀਆਂ ਕੀ ਗੱਲ ਖਾਂਦੀ ਪੀਂਦੀ ਨਹੀਂ ਕੁਝ ਡਾਕਟਰ ਸਾਹਿਬ ਸਵੇਰੇ ਬੱਚੀ ਨੂੰ ਸਕੂਲ ਭੇਜਣਾ ਉਹਦੇ ਪਾਪਾ ਦਾ ਟਿਫਨ ਪੈਕ ਕਰਨਾ ਆਪਣੀ ਵੀ ਕਲਾਸ ਲਾਉਣ ਲਈ ਆਉਣਾ ਹੁੰਦਾ ਟਾਈਮ ਹੀ ਨਹੀਂ ਲੱਗਦਾ ਖਾਣ ਪੀਣ ਦਾ ਮੀਤਾ ਨੇ ਕਿਹਾ ਇੱਕ ਮਾਂ-ਬਾਬੀ ਛੇਤੀ-ਛੇਤੀ ਧੀਆ ਨੂੰ ਮੰਗਰੂ ਲਾਉਣ ਦੀ ਗੱਲ ਕਰਦੇ ਨੇ ਇਨੀ ਉਮਰ ਵਿੱਚ ਤੇ ਵਿਆਹ ਨਹੀਂ ਹੁੰਦਾ ਕੁੜੀਆਂ ਦਾ ਤੇ ਤੇਰੇ ਦੂਸਰਾ ਬੱਚਾ ਹੱਦ ਹੋਈ ਪਈ ਏ ਸਰੀਰ ਵੀ ਕੀ ਕਰੇ ਕਮਜ਼ੋਰੀ ਹੀ ਹੋਣੀ ਏ ਡਾਕਟਰ ਨੇ ਤਾਕਤ ਦੀਆਂ ਦਵਾਈਆਂ ਲਿਖ ਕੇ ਦਿੱਤੀਆਂ ਤੇ ਕਿਹਾ ਕਿ 15 ਦਿਨ ਬਾਅਦ ਫਿਰ ਦਿਖਾ ਕੇ ਜਾਣਾ ਦੁੱਧ ਦਹੀਂ ਫਲ ਵਗੈਰਾ ਵੀ ਨਾਲ ਖਾਣੇ ਹਨ ਤਾਂ ਹੀ ਖੂਨ ਵਧੇਗਾ ਜਗਸੀਰ ਨੂੰ ਬੁਲਾ ਕੇ ਵੀ ਮੀਤਾਂ ਦੀ ਖੁਰਾਕ ਦਾ ਧਿਆਨ ਰੱਖਣ ਲਈ ਕਿਹਾ ਜਗਸੀਰ ਵੀ ਮੀਤਾਂ ਦਾ ਪੂਰਾ ਧਿਆਨ ਰੱਖਣ ਲੱਗਾ ਉਸ ਨੂੰ ਫਲ ਫਰੂਟ ਲਿਆ ਕੇ ਦੇਣਾ ਦਵਾਈ ਵੀ ਆਪ ਧਿਆਨ ਨਾਲ ਦਿੰਦਾ ਬੀਬੀ ਨੂੰ ਪਤਾ ਲੱਗਾ ਤਾਂ ਲੱਗ ਪਈ ਚੱਲ ਅੱਜ ਬਾਬੇ ਤੋਂ ਦਵਾਈ ਲੈ ਕੇ ਆਉਂਦੇ ਹਾਂ ਜਗਸੀਰ ਨੂੰ ਕਹਿੰਦੀ ਮੈਨੂੰ ਪੈਸੇ ਦੇ ਜਾ ਬਾਬੇ ਕੋਲ ਜਾ ਆਵਾਂਗੀਆ ਜਗਸੀਰ ਬੀਬੀ ਨੂੰ ਗੁੱਸੇ ਨਾਲ ਪੈ ਗਿਆ ਬੀਬੀ ਖਬਰਦਾਰ ਜੇ ਮੀਤਾਂ ਨੂੰ ਕਿਸੇ ਬਾਬੇ ਕੋਲ ਲੈ ਕੇ ਗਈ ਤਾਂ ਬਾਬੇ ਮੁੰਡੇ ਫੜ ਕੇ ਬੈਠੇ ਨੇ ਧਰਮਬੀਰ ਤੇ ਜਗਸੀਰ ਵਿੱਚ ਇਹੀ ਫਰਕ ਸੀ ਧਰਮਬੀਰ ਜਿਵੇਂ ਕੋਈ ਕਹਿੰਦਾ ਮੰਗਰ ਲੱਗ ਜਾਂਦਾ ਸੀ ਪਰ ਜਗਸੀਰ ਇਹਨਾਂ ਗੱਲਾਂ ਵਿੱਚ ਵਿਸ਼ਵਾਸ ਨਹੀਂ ਕਰਦਾ ਸੀ ਅਮਰਕੌਰ ਜਗਸੀਰ ਦੇ ਜਾਣ ਤੋਂ ਬਾਅਦ ਮੀਤਾਂ ਨੂੰ ਕਹਿੰਦੀ ਕਿ ਜਗਸੀਰ ਡਿਊਟੀ ਚਲਾ ਗਿਆ ਉਹਨੇ ਤੇ ਸ਼ਾਮ ਨੂੰ ਹੀ ਆਉਣਾ ਆਪਾਂ ਜਾ ਕੇ ਦਵਾਈ ਲੈ ਆਉਂਦੀ ਆਂ ਹਾਂ ਮੀਤਾ ਤਾਂ ਤੇ ਪਹਿਲਾਂ ਹੀ ਇਹਨਾਂ ਗੱਲਾਂ ਦੇ ਖਿਲਾਫ ਸੀ ਕਹਿੰਦੀ ਮੈਂ ਨਹੀਂ ਕੀਤੀ ਵੀ ਜਾਣਾ ਮੰਮੀ ਜੀ ਇਹ ਸਭ ਬਾਬੇ ਲੁੱਟਣ ਲਈ ਬੈਠੇ ਹਨ ਚਲੋ ਗੁਰਦੁਆਰੇ ਜਾ ਕੇ ਗੁਰੂ ਅੱਗੇ ਅਰਦਾਸ ਕਰਦੇ ਹਾਂ ਪਰਮਾਤਮਾ ਹੀ ਸਭ ਨੂੰ ਦੇਣ ਵਾਲਾ ਹੈ ਇਹ ਬਾਬੇ ਕਿਹੜਾ ਮੁੰਡੇ ਫੜ ਕੇ ਬੈਠੇ ਨੇ ਤੂੰ ਨਾ ਬਹੁਤੀ ਅੜਬ ਵਿਆਲੇਂਦੀ ਮੈਂ ਗੱਲ ਹੀ ਨਹੀਂ ਸੁਣਦੀ ਮੇਰੀ ਦੂਜੀ ਨੂੰ ਵੀ ਵਿਗਾੜ ਦਿੱਤਾ ਏ ਅਮਰਕੌਰ ਕਹਿੰਦੀ ਮੰਮੀ ਜੀ ਇਡੀ ਗੱਲ ਨਹੀਂ ਮੈਂ ਮੰਨਦੀ ਤੁਹਾਡੀ ਪਰ ਆ ਗੱਲ ਗਲਤ ਆ ਮੈਂ ਨਹੀਂ ਮੰਨਦੀ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਕਿਸੇ ਨੂੰ ਨਹੀਂ ਮੰਨਦੀ ਇਹ ਲੁੱਚੇ ਲੰਡੇ ਬਾਬੇ ਗੋਲੀਆਂ ਵਿੱਚ ਮੁੰਡੇ ਬਣਾ ਕੇ ਬੈਠੇ ਨੇ 2100 ਰੁਪਏ ਲੈ ਲੈ ਤੀਦੀ ਵਾਰੀ ਬਾਬੇ ਨੇ ਇਹ ਹੀ ਕਿਸੇ ਚੰਗੇ ਕੰਮ ਲਾਏ ਹੁੰਦੇ ਮੀਤਾ ਅਮਰਕੌਰ ਨੂੰ ਕਹਿੰਦੀ ਵੇਖੀ ਐ ਤੀ ਮੁੰਡਾ ਹੀ ਹੋਣਾ ਹਰਵਿੰਦਰ ਦੇ ਅਮਰਕੌਰ ਮੀਤਾ ਨੂੰ ਕਹਿੰਦੀ ਤੁਹਾਡਾ ਮੁੰਡਾ ਹੀ ਨਹੀਂ ਮੰਦਾ ਮੰਮੀ ਜੀ ਉਨੇ ਮੈਨੂੰ ਗੁੱਸੇ ਹੋਣਾ ਮੁੰਡੇ ਨੂੰ ਵੀ ਤੂੰ ਹੀ ਮਗਰ ਲਾਇਆ ਤੇਰਾ ਤੇ ਮੈਂ ਐਤ ਕੀ ਚੈੱਕ ਕਰਾਉਣਾ ਜੇ ਕੁੜੀ ਹੋਈ ਤਾਂ ਸਫਾਈ ਕਰਾਉਂ ਤੇਰੀ ਹੁਣ ਅਸੀਂ ਕੁੜੀਆਂ ਦੀਆਂ ਲਾਈਨਾਂ ਥੋੜੀ ਲਾਉਣੀਆਂ ਨੇ ਮੀਤਾ ਕੁਝ ਨਹੀਂ ਬੋਲਦੀ ਸੋਚਦੀ ਹੈ ਕਿ ਮੰਮੀ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ 15 ਦਿਨ ਬਾਅਦ ਜਗਸੀਨ ਮੀਤਾ ਨੂੰ ਡਾਕਟਰ ਦੇ ਦਿਖਾਉਣ ਲੈ ਗਿਆ ਡਾਕਟਰ ਵੇਖ ਕੇ ਹੀ ਕਹਿ ਦਿੱਤਾ ਕਿ ਹੁਣ ਤੱਕ ਕੁਝ ਠੀਕ ਲੱਗਦੀ ਆ ਐਚਵੀ ਚੈੱਕ ਕੀਤਾ ਤਾਂ 8 ਗ੍ਰਾਮ ਹੋ ਗਈ ਸੀ ਡਾਕਟਰ ਸੈਵਨ ਨੇ ਕਿਹਾ ਕਿ ਹੁਣ ਜ਼ਿਆਦਾ ਖੁਰਾਕ ਦੀ ਲੋੜ ਆ ਕਿਉਂਕਿ ਹੁਣ ਖੁਰਾਕ ਨਾਲ ਬੱਚੇ ਨੂੰ ਵੀ ਚਹੀਦੀ ਆ ਨਹੀਂ ਬਾਅਦ ਵਿੱਚ ਖੂਨ ਚੜਾਉਣਾ ਪਵੇਗਾ ਜੀ ਡਾਕਟਰ ਸਾਹਿਬ ਹੁਣ ਤਾਂ ਮੈਂ ਪੂਰੀ ਖੁਰਾਕ ਲੈ ਰਹੀ ਆ ਬੇਟਾ ਨਾਲ ਦਵਾਈਆਂ ਵੀ ਲਈ ਜਾਓ ਦਵਾਈਆਂ ਨਾਲ ਹੀ ਖੂਨ ਵਧਣਾ ਹੈ ਆਪਣੇ ਪਤੀ ਨੂੰ ਬੁਲਾਓ ਜਗਸੀਰ ਅੰਦਰ ਆਉਂਦਾ ਹੈ ਤਾਂ ਕਹਿੰਦਾ ਹੈ ਤਾਂ ਡਾਕਟਰ ਨੇ ਕਿਹਾ ਕਿ ਹੁਣ ਐਚਵੀ 8 ਗ੍ਰਾਮ ਹੋ ਗਈ ਆ ਐਵੇਂ ਹੀ ਦਵਾਈਆਂ ਲਈ ਜਾਣੀਆਂ ਹਨ ਇਸ ਨੂੰ ਤੇ ਖਾਣ ਪੀਣ ਨੂੰ ਥੋੜਾ ਹੋਰ ਵੱਧ ਦਿਓ ਨਹੀਂ ਬਾਅਦ ਵਿੱਚ ਮੁਸ਼ਕਿਲ ਹੋ ਜਾਂਦਾ ਹੈ ਜੀ ਡਾਕਟਰ ਸਾਹਿਬ ਮੈਂ ਤਾਂ ਖੁਦ ਇਸ ਦੇ ਖਾਣ ਪੀਣ ਦਾ ਧਿਆਨ ਰੱਖਦਾ ਹਾਂ 15 ਦਿਨ ਬਾਅਦ ਫਿਰ ਦਿਖਾ ਕੇ ਜਾਣਾ ਹੈ ਤੁਸੀਂ ਡਾਕਟਰ ਨੇ ਕਿਹਾ ਜੀ ਡਾਕਟਰ ਸਾਹਿਬ ਜਗਸੀਰ ਤੇ ਮੀਤਾ ਉੱਥੋਂ ਆ ਕੇ ਹਰਕੀਰਤ ਦੇ ਸਕੂਲ ਗਏ ਛੁੱਟੀ ਦਾ ਟਾਈਮ ਹੋ ਗਿਆ ਸੀ ਤੇ ਉਹ ਹਰਕੀਰਤ ਨੂੰ ਲੈ ਕੇ ਆ ਗਏ ਹਰਕੀਰਤ ਪਪਾ ਅੱਜ ਮੈਨੂੰ ਤੁਸੀਂ ਕਿਉਂ ਲੈਣ ਆਏ ਕਿ ਸਾਡੀ ਵੈਨ ਨਹੀਂ ਆਈ ਜਗਸੀਰ ਅੱਜ ਮੈਂ ਆਪਣੀ ਪੁੱਤੂ ਨੂੰ ਚੀਜੀ ਖਵਾਉਣ ਲਈ ਲੈ ਕੇ ਆਇਆ ਕੀ ਖਾਣਾ ਮੇਰੇ ਪੁੱਤਰ ਨੇ ਹਰਕੀਰ ਬਰਫੀ ਤੇ ਜਲੇਬੀਆਂ ਖਾਵਾਂਗੀ ਮੈਂ ਮੇਰੀਆਂ ਫੇਵਰੇਟ ਨੇ ਮਿੱਤਾ ਤੇਰੀਆਂ ਤੇ ਬਸ ਦੋ ਹੀ ਚੀਜ਼ਾਂ ਫੇਵਰੇਟ ਨੇ ਬਰਫੀ ਤੇ ਜਲੇਬੀਆਂ ਉਹ ਇੱਕ ਹੋਟਲ ਵਿੱਚ ਬੈ ਕੇ ਬਰਫੀ ਸਮੋਸੇ ਲੈ ਕੇ ਚਾਹ ਪੀਂਦੇ ਹਨ ਤੇ ਫਿਰ ਆਨ ਲੱਗੇ ਗਰਮ-ਗਰਮ ਜਲੇਬੀਆਂ ਪਵਾ ਲੈਂਦੇ ਹਨ ਹਰਕੀਰਤ ਮੈਂ ਜਲੇਬੀਆਂ ਵੀ ਖਾਣੀਆਂ ਨੇ ਮਿੱਤਾ ਘਰ ਜਾ ਕੇ ਖਾਵਾਂਗੇ ਬੱਚੇ ਹੁਣ ਘਰ ਪਹੁੰਚ ਕੇ ਉਹ ਸਾਰਿਆਂ ਨੂੰ ਜਲੇਬੀਆਂ ਦਿੰਦੇ ਹਨ ਜਗਸੀਰ ਮਿੱਤਾ ਨੂੰ ਕਹਿੰਦਾ ਹੈ ਕਿ ਪਾਪਾ ਜੀ ਨੂੰ ਜ਼ਿਆਦਾ ਪਾ ਦੇ ਉਹ ਵੀ ਹਰਕੀਰਤ ਵਾਂਗ ਜਲੇਬੀਆਂ ਦੇ ਸ਼ਕੀਨ ਹਨ ਮਿੱਤਾ ਪਲੇਟ ਭਰ ਕੇ ਦਰਸ਼ਨ ਸਿੰਘ ਦੇ ਅੱਗੇ ਰੱਖ ਦਿੰਦੀ ਹੈ ਦਰਸ਼ਨ ਸਿੰਘ ਕਹਿੰਦਾ ਹੈ ਗੁਰਪ੍ਰੀਤ ਨਾਲ ਸਾਰਿਆਂ ਲਈ ਕੱਪ-ਕੱਪ ਦੁੱਧ ਗਰਮ ਕਰ ਲਿਓ ਸਾਰੇ ਦੁੱਧ ਨਾਲ ਜਲੇਬੀਆਂ ਖਾਂਦੇ ਹਨ ਧਰਮਵੀਰ ਸਕੂਲ ਤੋਂ ਆਉਂਦਾ ਹੈ ਤਾਂ ਕਹਿੰਦਾ ਅੱਜ ਕਾਦੀ ਖੁਸ਼ੀ ਵਿੱਚ ਜਲੇਬੀਆਂ ਖਾਧੀਆਂ ਜਾ ਰਹੀਆਂ ਹਨ ਤੇਰਾ ਭਰਾ ਖਵਾ ਰਿਹਾ ਹੈ ਕਾਕਾ ਆਉਣ ਵਾਲਾ ਤਾਂ ਖੁਸ਼ਪ੍ਰੀਤ ਵੀ ਧਰਮਵੀਰ ਨਾਲ ਆਇਆ ਤਾਂ ਉਹ ਵੀ ਹਰਕੀਰਤ ਦੀ ਪਲੇਟ ਵੇਚੀ ਜਲੇਬੀਆਂ ਖਾਣ ਲੱਗਾ ਤੇ ਹਰਕੀਰਤ ਰੂੰਣ ਲੱਗ ਪਈ ਮੇਰੀਆਂ ਜਲੇਬੀਆਂ ਖਾ ਗਿਆ ਵੀਰਾ ਅਮਰਕੌਰ ਹਰਕੀਰਤ ਨੂੰ ਗੁੱਸੇ ਨਾਲ ਪੈ ਗਈ ਕਿਤੇ ਨਹੀਂ ਖਾ ਗਿਆ ਤੇਰੀਆਂ ਜਲੇਬੀਆਂ ਖਾ ਲੈਣ ਦੇ ਮੁੰਡੇ ਨੂੰ ਤੂੰ ਕਦੋਂ ਦੀ ਲੱਗੀ ਏ ਅਜੇ ਰੱਜੀ ਹੀ ਨਹੀਂ ਹਰਕੀਰਤ ਰੋਂਦੀ ਹੋਈ ਮੀਤਾ ਕੋਲ ਆ ਜਾਂਦੀ ਹੈ ਮੀਤਾ ਉਸ ਨੂੰ ਅੰਦਰੋਂ ਹੋਰ ਦੇ ਦਿੰਦੀ ਹੈ ਤੇ ਮਨ ਵਿੱਚ ਸੋਚਦੀ ਏ ਕਿ ਪੋਤਰਾ ਭਵੇਂ ਤੈਨੂੰ ਪੁੱਛੇ ਵੀ ਨਾ ਪੋਤਰੀ ਤੇ ਤੇਰਾ ਦੁੱਖ ਸੁੱਖ ਸੁਣੇਗੀ ਜਿਸ ਨੂੰ ਚੀਜ਼ ਵੀ ਨਹੀਂ ਖਾਣ ਦਿੰਦੀ ਮੀਤਾ ਜਗਸੀਰ ਨੂੰ ਕਹਿੰਦੀ ਹੈ ਕਿ ਮੈਨੂੰ ਥੋੜੇ ਦਿਨਾਂ ਲਈ ਮੰਮੀ ਹੁਰਾ ਕੋਲ ਛੱਡ ਆਉ ਮੈਂ ਪੜ ਲਵਾਂਗੀ ਨਾਲੇ ਥੋੜੀ ਰੈਸਟ ਹੋ ਜਾਏਗੀ ਜਗਸੀਰ ਬੀਬੀ ਨੂੰ ਪਛਕੇ ਮੀਤਾ ਨੂੰ ਛੱਡ ਆਉਂਦਾ ਹੈ ਜਾਂਦਿਆਂ ਨੂੰ ਮੀਤਾ ਦੀ ਭੂਆ ਪਰਵਿੰਦਰ ਵੀ ਆਈ ਹੋਈ ਸੀ ਰਹਿਣ ਵਾਸਤੇ ਉਹ ਵੀ ਖੁਸ਼ ਹੁੰਦੀ ਹੈ ਕਿ ਚਲੋ ਤੋਂ ਮੇ ਇਕੱਠੀਆਂ ਰਹਿ ਲਮ ਆਗੀਆਂ ਮੀਤਾ ਉਹਨਾਂ ਨੂੰ ਆਪਣੀ ਪ੍ਰੈਗਨਨਸੀ ਬਾਰੇ ਦੱਸਦੀ ਆ ਨਾਲੇ ਕਹਿੰਦੀ ਆ ਕਿ ਮੇਰਾ ਖੂਨ ਵੀ ਘਟ ਹੈ ਉਹਨਾਂ ਦਾ ਘਰ ਦਾ ਖੁੱਲਾ ਦੁੱਧ ਦਹੀਂ ਸੀ ਉਸ ਨੂੰ ਖਾਨ ਨੂੰ ਸਾਰਾ ਦਿਨ ਦਈ ਜਾਂਦੇ ਹਰਕੀਰ ਤੇ ਪਰਵਿੰਦਰ ਦੀ ਗੁड़िया ਹਰਮਨ ਇੱਕੋ ਜਿੱਡੀਆਂ ਖੇਡਦੀਆਂ ਰਹਿੰਦੀਆਂ ਪਰਵਿੰਦਰ ਮੀਤਾ ਨੂੰ ਸੌਰਿਆਂ ਬਾਰੇ ਪੁੱਛਦੀ ਐ ਤਾਂ ਮੀਤਾ ਕਹਿੰਦੀ ਵਧੀਆ ਹਨ ਸਾਰੇ ਮੀਤਾ ਭੂਆ ਨੂੰ ਫੁੱਫੜ ਜੀ ਬਾਰੇ ਪੁੱਛਦੀ ਆ ਤਾਂ ਪਰਵਿੰਦਰ ਕਹਿੰਦੀ ਕਿ ਕੁੱਤੇ ਦੀ ਪੂੰਛ ਕਹਿੰਦੇ ਨੇ 12 ਸਾਲ ਨਲਕੀ ਵਿੱਚ ਪਾ ਕੇ ਕੱਢੋ ਉਹ ਤਾਂ ਵੀ ਸਿੱਧੀ ਨਹੀਂ ਹੁੰਦੀ ਫੁੱਫੜ ਤੇਰਾ ਐਨੇ ਸਾਲ ਅੰਮ੍ਰਿਤ ਸ਼ੱਕੀ ਹੌਣ ਫਿਰ ਸ਼ਰਾਬ ਪੀਣ ਲੱਗ ਪਿਆ ਹੈ ਰਾਤ ਨੂੰ ਕਿੰਨੀ देर ਨਾਲ ਆਉਂਦਾ ਹੈ ਜੀ ਮੈਂ ਕਹਿੰਦੀ ਹਾਂ ਤਾਂ ਗਾਲ੍ਹਾਂ ਕੱਢਦਾ ਤੇ ਲੜਦਾ ਏ ਬਹੁਤ ਦੁਖੀ ਹਾਂ ਮੈਂ ਤੇ ਬੱਚਿਆਂ ਕਰਕੇ ਟਾਈਮ ਲੰਘਾ ਰਹੀ ਹਾਂ ਬੱਚੇ ਵੀ ਡਰਦੇ ਉਹਦੇ ਕੋਲ ਨਹੀਂ ਜਾਂਦੇ ਮੀਤਾਂ ਵੀ ਦੁਖੀ ਹੁੰਦੀ ਐ ਭੂਆ ਦਾ ਸੁਣ ਕੇ ਕਿ ਜਿੰਨਾਂ ਲਈ ਇੱਕ ਕੁੜੀ ਆਪਣੇ ਮਾਂ ਬਾਪ ਆਪਣਾ ਘਰ ਸਭ ਕੁਝ ਛੱਡ ਕੇ ਜਾਂਦੀ ਆ ਉਹ ਉਸ ਦੀ ਕਦਰ ਕਿਉਂ ਨਹੀਂ ਕਰਦੇ ਜੈਕਸੀਰ ਮੀਤਾਂ ਨੂੰ 15 ਦਿਨਾਂ ਬਾਅਦ ਲੈ ਕੇ ਆਇਆ ਤਾਂ ਆਉਂਦੇ ਡਾਕਟਰ ਨੂੰ ਵੀ ਦਿਖਾਈ ਹੁਣ ਮੀਤਾ ਦਾ ਖੂਨ 10 ਗ੍ਰਾਮ ਹੋ ਗਿਆ ਸੀ ਡਾਕਟਰ ਮੀਤਾ ਨੂੰ ਹੱਸਦੇ ਹੋਏ ਕਹਿਣ ਲੱਗੀ ਬਹੁਤ ਖਿਆਲ ਰੱਖ ਰਹੇ ਹਨ ਪਤੀ ਦੇ ਮੀਤਾ ਕਹਿੰਦੀ ਨਹੀਂ ਡਾਕਟਰ ਸਾਹਿਬ ਪੇਕੇ ਗਈ ਹੋਈ ਸੀ ਮਾਪੇ ਦਾ ਤਾਂ ਤੁਹਾਨੂੰ ਪਤਾ ਹੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਡਾਕਟਰ ਸਾਹਿਬ ਨੇ ਕਿਹਾ ਨਹੀਂ ਡਾਕਟਰ ਸਾਹਿਬ ਸਾਰੇ ਵੀ ਸਾਰੇ ਬਹੁਤ ਕਰਦੇ ਹਨ ਅੱਛਾ ਬੇਟਾ ਇਦਾਂ ਹੀ ਦਵਾਈ ਤੇ ਖਾਣ ਪੀਣ ਦਾ ਧਿਆਨ ਰੱਖਣਾ ਡਾਕਟਰ ਸਹਿਬਾ ਨੇ ਕਿਹਾ ਜੀ ਡਾਕਟਰ ਸਾਹਿਬ ਮੀਤਾ ਨੇ ਕਿਹਾ ਮੀਤਾ ਜਗਸੀਰ ਨੂੰ ਦੱਸਦੀ ਆ ਕਿ ਡਾਕਟਰ ਕਹਿੰਦੇ ਸੀ ਕਿ ਹੁਣ ਤਾਂ ਠੀਕ ਆ ਪੇਕੇ ਜਾ ਕੇ ਤਾਂ ਕੁੜੀਆਂ ਚਾ ਨਾਲ ਹੀ ਠੀਕ ਹੋ ਜਾਂਦੀਆਂ ਹਨ ਜਗਸੀਰ ਮੀਤਾ ਨੂੰ ਕਹਿੰਦਾ ਹੈ ਹਰਵਿੰਦਰ ਦੇ 6 ਮਹੀਨਾ ਚੱਲ ਰਿਹਾ ਸੀ ਤੇ ਮੀਤਾ ਦੇ ਤਿੰਨ ਪੂਰੇ ਹੋ ਚੌਥਾ ਲੱਗ ਗਿਆ ਸੀ ਤਿੰਨ ਮਹੀਨੇ ਹੋਣ ਤੱਕ ਮੀਤਾ ਦਾ ਪੇਟ ਕਾਫੀ ਵੱਧ ਗਿਆ ਸੀ ਅਮਰਕੌਰ ਜਗਸੀਰ ਨੂੰ ਕਹਿੰਦੀ ਹੈ ਕਿ ਪੁੱਤਰ ਮੀਤਾ ਦੇ ਤਿੰਨ ਮਹੀਨੇ ਪੂਰੇ ਹੋ ਗਏ ਹਨ ਐਟ ਕੀ ਟੈਸਟ ਕਰਾ ਲੈ ਐਵੇਂ ਨਾ ਕੁੜੀਆਂ ਦੀ ਲਾਈਨ ਲਾ ਲਈ ਜਗਸੀਰ ਕਹਿੰਦਾ ਨਹੀਂ ਬੀਬੀ ਹੁਣ ਤਾਂ ਕਰਵਾਵਾਂਗੇ ਇੱਕ ਕੁੜੀ ਪਹਿਲਾਂ ਹੀ ਆ ਹੁਣ ਕੀ ਕਰਨੀ ਏ ਕੁੜੀ ਮੀਤਾ ਅੰਦਰ ਬੈਠੀ ਸਭ ਕੁਝ ਸੁਣ ਰਹੀ ਸੀ ਸੋਚਦੀ ਆ ਕਿ ਇਸ ਵਾਰ ਤਾਂ ਜਗਸੀਰ ਵੀ ਨਹੀਂ ਮਰਨਾ ਮਨ ਵਿੱਚ ਅਰਦਾਸ ਕਰਦੀ ਆ ਕਿ ਏ ਵਾਹਿਗੁਰੂ ਆਪਣੀ ਮਿਹਰ ਕਰੇ ਮੇਰੇ ਤੋਂ ਪਾਪ ਨਾ ਕਰਾਂ ਜਾਂ ਤਾਂ ਪੁੱਤਰ ਦੇ ਦੇਵੀ ਨਹੀਂ ਤਾਂ ਹਿੰਮਤ ਦੇ ਦੇਵੀ ਉਹ ਸੋਚਦੀ ਆ ਕਿ ਮੁੰਡੇ ਜਿੰਨੇ ਮਰਜੀ ਹੋ ਜਾਣ ਕਦੇ ਕਿਸੇ ਨੇ ਅਬੋਰਸ਼ਨ ਨਹੀਂ ਕਰਵਾਇਆ ਪਰ ਧੀਆਂ ਵਾਰ ਲੋਕਾਂ ਦੀ ਸੋਚ ਨੂੰ ਕਿਉਂ ਘੁਣ ਲੱਗ ਜਾਂਦਾ ਹੈ ਕਦੇ ਨਹੀਂ ਕਿਸੇ ਨੇ ਕਿਹਾ ਕਿ ਮੇਰੇ ਦੋ ਮੁੰਡੇ ਹਨ ਹੁਣ ਮੈਂ ਧੀ ਲੈਣੀ ਹੈ ਤੇ ਜੇ ਮੁੰਡਾ ਹੋਇਆ ਤਾਂ ਮੈਂ ਅਬੋਰਸ਼ਨ ਕਰਵਾ ਦੇਣਾ ਇਹ ਫਰਕ ਸਾਡੇ ਦੇਸ਼ ਵਿੱਚ ਕਦੋਂ ਮਿٹےਗਾ ਜਦੋਂ ਲੋਕ ਇਹ ਕਹਿਣਗੇ ਕਿ ਮੈਂ ਦੋ ਬੱਚੇ ਕਰਨੇ ਨੇ ਤੇ ਉਹ ਜੋ ਮਰਜ਼ੀ ਹੋ ਜਾਣ ਚਾਹੇ ਧੀਆ ਜਾਂ ਪੁੱਤਰ ਜਾਂ ਧੀ ਪੁੱਤ ਹੋ ਜਾਵੇ ਕਦੋਂ ਤੱਕ ਅਸੀਂ ਟੈਸਟ ਕਰਾ ਕੇ ਧੀਆਂ ਨੂੰ ਮਾਰਦੇ ਰਹਾਂਗੇ ਕਦੋਂ ਸਾਨੂੰ ਉਸ ਰੱਬ ਦਾ ਪਾਣਾ ਮੰਨਣ ਦੀ ਜਾਂਚ ਆਵੇਗੀ ਜਿਸ ਦੇਸ਼ ਵਿੱਚ ਸਭ ਤੋਂ ਵੱਧ ਧਰਮ ਤੇ ਇਨ੍ਹਾਂ ਧਰਮਾਂ ਨੂੰ ਮੰਨਣ ਵਾਲੇ ਲੋਕ ਹਨ ਉਸ ਦੇਸ਼ ਵਿੱਚ ਹੀ ਸਭ ਤੋਂ ਵੱਧ ਭਰੂਣ ਹੱਤਿਆ ਹੁੰਦੀ ਹੈ ਇਹ ਸੋਚਦੀ ਹੋਈ ਮੀਤਾ ਆਪਣਾ ਕਾਪੀ ਪੈਨ ਚੁੱਕ ਲਿਖਣ ਲੱਗਦੀ ਆ ਧੀਆਂ ਪੁੱਤਰਾਂ ਵਾਲਾ ਪਾੜਾ ਕਦੋਂ ਮੁੱਕੇਗਾ ਕਦੋਂ ਇਹ ਭਰੂਣ ਹੱਤਿਆ ਦਾ ਕੰਮ ਰੁਕੇਗਾ ਤਿਆਂ ਪੁੱਤਰ ਦੋਵੇਂ ਇੱਕੋ ਰਾਹ ਪੈਦਾ ਹੁੰਦੇ ਨੇ ਫਿਰ ਫਰਕ ਕਿਉਂ ਧੀ ਪੁੱਤ ਵਿੱਚ ਕਰਦੇ ਨੇ ਧੀਆਂ ਨੂੰ ਕਿਉਂ ਧੰਨ ਪਰਾਇਆ ਕਹਿੰਦੇ ਨੇ ਪੁੱਤਰ ਵੀ ਤਾਂ ਵਿਆਹ ਕੇ ਪਰਾਏ ਹੋ ਜਾਂਦੇ ਨੇ ਜਗਸੀਰ ਅੰਦਰ ਆਉਂਦਾ ਤਾਂ ਮੀਤਾ ਕਾਪੀ ਪਰਾਂ ਰੱਖ ਦਿੰਦੀ ਆ ਜਗਸੀਰ ਨੂੰ ਮੀਤਾ ਦੀ ਸੋਚ ਦਾ ਪਤਾ ਹੈ ਪਰ ਉਹ ਸੋਚਦਾ ਕੱਲ ਨੂੰ ਦੋ ਕੁੜੀਆਂ ਵਿਆਉਣੀਆਂ ਵੀ ਤਾਂ ਔਖੀਆਂ ਹੋ ਜਾਂਦੀਆਂ ਹਨ ਉਹ ਬੇਮਨ ਵਿੱਚ ਰੱਬ ਅੱਗੇ ਅਰਦਾਸ ਕਰਦਾ ਹੈ ਕਿ ਇਸ ਵਾਰ ਮੁੰਡਾ ਹੀ ਦੇਵੀਂ ਰਾਤ ਨੂੰ ਸੌਣ ਵੇਲੇ ਉਹ ਮੀਤਾ ਨੂੰ ਕਹਿੰਦਾ ਹੈ ਕਿ ਬੀਬੀ ਕਹਿੰਦੀ ਸੀ ਕਿ ਟੈਸਟ ਕਰਾਓ ਇਸ ਵਾਰ ਮੀਤਾ ਵਾਹਿਗੁਰੂ ਤੇ ਭਰੋਸਾ ਰੱਖਦੇ ਹੋਏ ਕਹਿੰਦੀ ਹੈ ਕਿ ਕਰਾ ਲਓ ਉਹ ਸੋਚਦੀ ਹੈ ਸ਼ਾਇਦ ਮੁੰਡਾ ਹੀ ਹੋਵੇ ਐਵੇਂ ਕਾਤੋਂ ਲੜਾਈ ਪਾਉਣੀ ਹੈ ਸਵੇਰੇ ਮੀਤਾ ਜਗਸੀਰ ਨੂੰ ਕਹਿੰਦੀ ਹੈ ਕਿ ਆਪਾਂ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਫਿਰ ਜਾਵਾਂਗੇ ਟੈਸਟ ਕਰਾਉਣ ਮੀਤਾ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਦੀ ਹੈ हे ਸੱਚੇ ਪਾਤਸ਼ਾਹ ਉਹ ਆਪਣੇ ਸੇਵਕਾਂ ਦੀ ਆਪ ਸਹਿਤਾ ਕਰਦਾ ਹੈ ਮਿਹਰ ਕਰੀ ਮੇਰੇ ਤੋਂ ਮਾੜਾ ਕੰਮ ਨਾ ਕਰਾਂ। ਜਗਸੀਰ ਵੀ ਕਹਿੰਦਾ ਹੈ ਕਿ ਪ੍ਰਮਾਤਮਾ ਪੁੱਤਰ ਹੀ ਦੇਮੀ ਤਾਂ ਸਭ ਠੀਕ ਹੋ ਜਾਵੇਗਾ। ਉਹ ਪ੍ਰਮਾਤਮਾ ਅੱਗੇ ਅਰਦਾਸਾਂ ਕਰਦੇ ਟੈਸਟ ਕ੍ਰੌਨ ਚਲੇ ਜਾਂਦੇ ਹਨ। ਪਰ ਪ੍ਰਮਾਤਮਾ ਨੇ ਕੀ ਕਰਨਾ ਹੈ ਇਹ ਕਿਸੇ ਨੂੰ ਪਤਾ ਨਹੀਂ ਹੁੰਦਾ। ਜਗਸੀਰ ਮੀਤਾਂ ਨੂੰ ਬਹਾਦਰਗੜ੍ਹ ਹੀ ਇੱਕ ਪ੍ਰਾਈਵੇਟ ਨਰਸਿੰਗ ਹੋਮ ਵਿੱਚ ਲੈ ਗਿਆ ਤੇ ਉਸਨੇ ਡਾਕਟਰ ਨਾਲ ਗੱਲ ਕੀਤੀ। ਡਾਕਟਰ ਕਹਿਣ ਲੱਗੀ ਕਿ ਕਰ ਦਿੰਦੇ ਹਾਂ ਪਰ ਤੁਸੀਂ ਕਿਤੇ ਕਹਿਣਾ ਨਹੀਂ ਕਿਉਂਕਿ ਸਰਕਾਰ ਹੁਣ ਸਖਤੀ ਕਰਦੀ ਹੈ ਜਗਸੀਰ ਕਹਿੰਦਾ ਕਿ ਡਾਕਟਰ ਸਾਹਿਬ ਅਸੀਂ ਕਿਉਂ ਦੱਸਾਂਗੇ 10000 ਫੀਸ ਜਮ੍ਹਾਂ ਕਰਾ ਦਿਓ ਡਾਕਟਰ ਨੇ ਕਿਹਾ ਡਾਕਟਰ ਸਹਿਵਾ ਜ਼ਿਆਦਾ ਹੀ ਆ ਜਗਸੀਰ ਨੇ ਕਿਹਾ ਅਸੀਂ ਵੀ ਪਤਾ ਕਿੰਨਾ ਰਿਸਕ ਲੈਂਦੇ ਹਾਂ ਜੇ ਕਿਤੇ ਪਤਾ ਲੱਗ ਜਾਵੇ ਤਾਂ ਸਭ ਖਤਮ ਹੋ ਜਾਂਦਾ ਚਲੋ ਕਰ ਦਿਓ ਡਾਕਟਰ ਸਾਹਿਬਾ ਮੀਤਾ ਮਨ ਵਿੱਚ ਅਰਦਾਸਾਂ ਕਰੀ ਜਾ ਰਹੀ ਸੀ ਸਭ ਠੀਕ ਹੋਵੇ ਡਾਕਟਰ ਮੀਤਾ ਨੂੰ ਅਲਟਰਾਸਾਉਂਡ ਕਰਨ ਲੱਗੇ ਕਹਿੰਦੀ ਟਾਈਮ ਕਿੰਨਾ ਹੈ ਪੇਟ ਕਾਫੀ ਜ਼ਿਆਦਾ ਲੱਗਦਾ ਹੈ ਮੀਤਾ ਕਹਿੰਦੀ ਹੈ ਡਾਕਟਰ ਸਾਹਿਬ ਚੌਥਾ ਹੀ ਸ਼ੁਰੂ ਹੋਇਆ ਹੈ ਡਾਕਟਰ ਅਲਟਰਾਸਾਉਂਡ ਕਰਦੀ ਹੋਈ ਮੀਤਾ ਨੂੰ ਪੁੱਛਦੀ ਹੈ ਕਿ ਪਹਿਲਾਂ ਵੀ ਬੱਚਾ ਹੈ ਹਾਂਜੀ ਬੇਟੀ ਆ ਪਹਿਲਾਂ ਦੋ ਬੱਚੇ ਹਨ ਪਰ ਡਾਕਟਰ ਨਰਸ ਨੂੰ ਕਹਿੰਦੀ ਹੈ ਕੇ ਬਾਰੋਂ ਇਸ ਦੇ ਪਤੀ ਨੂੰ ਬੁਲਾਓ ਜਗਸੀਰ ਆਉਂਦਾ ਤਾਂ ਡਾਕਟਰ ਉਸ ਨੂੰ ਕਹਿੰਦੀ ਆ ਕਿ ਦੋ ਬੇਬੀ ਹਨ ਦੋ ਬੱਚੇ ਹੋਣ ਕਰਕੇ ਬੱਚੇ ਕਮਜ਼ੋਰ ਹਨ ਇਸ ਕਰਕੇ ਸਹੀ ਪਤਾ ਨਹੀਂ ਲੱਗ ਰਿਹਾ 15 ਦਿਨ ਬਾਅਦ ਦੁਬਾਰਾ ਕਰ ਦੇਾਂਗੇ ਫਿਰ ਸਾਫ਼ ਪਤਾ ਲੱਗ ਜਾਵੇਗਾ ਡਾਕਟਰ ਸਾਹਿਬ 15 ਦਿਨ ਬਾਅਦ ਜੇ ਅਬੋਰਸ਼ਨ ਕਰਨਾ ਪਿਆ ਤਾਂ ਟਾਈਮ ਜ਼ਿਆਦਾ ਹੋ ਜਾਵੇਗਾ ਕੋਈ ਨਹੀਂ ਅਸੀਂ ਕਰ ਦੇਾਂਗੇ ਪਤਾ ਤਾਂ ਲੱਗ ਜਾਣ ਦਿਓ ਬੱਚਿਆਂ ਬਾਰੇ ਬੜੀ ਦਚਿੱਤੀ ਵਿੱਚ ਫਸ ਗਿਆ ਸੀ ਜਗਸੀਰ ਕਿ ਐਨੇ ਪੈਸੇ ਵੀ ਭਰੇ ਪਤਾ ਵੀ ਨਹੀਂ ਲੱਗਿਆ ਡਰ ਵੀ ਰਿਹਾ ਸੀ ਉਹ ਕਿ ਕਿਤੇ ਦੋ ਕੁੜੀਆਂ ਹੀ ਨਾ ਹੋਣ ਮੀਤਾ ਵੀ ਸੋਚਦੀ ਆ ਕਿ ਪਤਾ ਨਹੀਂ ਕੀ ਹੋਵੇਗਾ ਘਰ ਆਉਂਦੇ ਹਾਂ ਤਾਂ ਅਮਰ ਕੌਰ ਜਗਸੀਰ ਦਾ ਮੂੰਹ ਵੇਖ ਕੇ ਸੋਚਦੀ ਆ ਕਿ ਕੁੜੀ ਹੀ ਹੋਣੀ ਏ ਜਗਸੀਰ ਸਾਰੀ ਗੱਲ ਦੱਸਦਾ ਤਾਂ ਉਹ ਮੱਥੇ ਤੇ ਹੱਥ ਮਾਰਦੀ ਹੋਈ ਕਹਿੰਦੀ ਏ ਕਿ ਹਾਏ ਵੇ ਰੱਬਾ ਕਿਤੇ ਦੋ ਕੁੜੀਆਂ ਹੀ ਨਾ ਹੋ ਜਾਣ 15 ਦਿਨ ਵੇਟ ਕਰਨ ਤੋਂ ਬਾਅਦ ਹੋਰ ਕੋਈ ਚਾਰਾ ਵੀ ਨਹੀਂ ਸੀ ਮੀਤਾ ਵੀ ਟੈਨਸ਼ਨ ਵਿੱਚ ਸੀ ਕਿ ਜੇ ਤੋ ਕੁੜੀਆਂ ਹੋਈਆਂ ਤਾਂ ਫਿਰ ਤਾਂ ਮੇਰੀ ਕਿਸੇ ਨੇ ਨਹੀਂ ਸੁਣਨੀ 15 ਦਿਨ ਬਾਅਦ ਗਏ ਤਾਂ ਡਾਕਟਰ ਨੇ ਦੱਸਿਆ ਕਿ ਇੱਕ ਬੇਟਾ ਤੇ ਇੱਕ ਬੇਟੀ ਹੈ ਮੀਤਾ ਨੇ ਸ਼ੁਕਰ ਕੀਤਾ ਰੱਬ ਦਾ ਕਿ ਬੇਟਾ ਦੇ ਨਾਲ ਬੇਟੀ ਵੀ ਵੱਜ ਜਾਵੇਗੀ ਉਹ ਕਹਿੰਦੀ ਹੈ ਕਿ ਪਰਮਾਤਮਾ ਤੂੰ ਕਿੰਨਾ ਬਿਆੰਤ ਹੈ ਜੇ ਇਕੱਲੀ ਧੀ ਹੁੰਦੀ ਤਾਂ ਪਤਾ ਨਹੀਂ ਕੀ ਹੁੰਦਾ ਬੀਬੀ ਨੂੰ ਮੁੰਡੇ ਦੀ ਖੁਸ਼ੀ ਸੀ ਉਥੇ ਉਸ ਨੂੰ ਇਹ ਵੀ ਗਮ ਸੀ ਕਿ ਦੋ ਕੁੜੀਆਂ ਹੋ ਜਾਣਗੀਆਂ ਜਗਸੀਰ ਨੂੰ ਕਹਿੰਦੀ ਤੇਰੀ ਤੇ ਕਿਸਮਤ ਹੀ ਮਾੜੀ ਏ ਦੋ ਕੁੜੀਆਂ ਹੋ ਜਾਣਗੀਆਂ ਮੁੰਡਾ ਵੀ ਕੁੜੀ ਕਰਕੇ ਭਵੇਂ ਮਾੜਾ ਹੀ ਨਾ ਰਹਿ ਜਾਵੇ ਜਗਸੀਰ ਵੀ ਨਿਰਾਸ਼ ਜਿਹਾ ਹੋਇਆ ਕਹਿੰਦਾ ਕਿ ਮਾਤਾ ਕੀ ਕਰਾਂ ਮੈਂ ਹੁਣ ਜੋ ਕਿਸਮਤ ਵਿੱਚ ਹੈ ਉਹੀ ਮਿਲਣਾ ਹੈ ਸਮਾਂ ਵੀ ਛੱਟ ਲੰਘਦਾ ਜਾਂਦਾ ਹੈ ਹਰਵਿੰਦਰ ਦਾ ਡਿਲੀਵਰੀ ਦਾ ਸਮਾਂ ਆ ਗਿਆ ਸੀ ਅਮਰਕੌਰ ਨੂੰ ਆਸੀ ਕਿ ਬਾਬੇ ਦੀ ਦਵਾਈ ਤੇ ਕਿਰਪਾ ਨਾਲ ਮੁੰਡਾ ਹੀ ਹੋਏਗਾ ਪਰ ਹੋ ਗਿਆ ਸਭ ਉਲਟ ਹਰਵਿੰਦਰ ਕੋਲ ਵੀ ਧੀ ਪੈਦਾ ਹੋਈ ਹਰਵਿੰਦਰ ਨੂੰ ਤੇ ਕੋਈ ਗਮ ਨਹੀਂ ਸੀ ਪਰ ਬੀਬੀ ਤੇ ਨਾਲੇ ਹਰਵਿੰਦਰ ਨੂੰ ਬੋਲੇ ਤੇ ਨਾਲੇ ਬਾਬੇ ਨੂੰ ਗਾਲਾਂ ਕੱਢੇ ਕਿੱਥੋਂ ਮੈਨੂੰ ਮਾੜੇ ਕਰਮਾਂ ਵਾਲੀਆਂ ਮਿਲ ਗਈਆਂ ਨੇ ਕੁੜੀਆਂ ਜੰਮ ਜੰਮ ਧਰੀ ਜਾਂਦੀਆਂ ਹਨ ਹਰਵਿੰਦਰ ਕਹਿੰਦੀ ਕੋਈ ਨਹੀਂ ਬੀਬੀ ਪਹਿਲਾਂ ਮੁੰਡਾ ਵੀ ਜੰਮਿਆ ਹੀ ਸੀ ਕੁੜੀ ਵਿਚਾਰੀ ਨੂੰ ਤਾਂ ਦਾਦੀ ਹੱਥ ਵੀ ਨਹੀਂ ਲਾਉਂਦੀ ਤੇ ਨਾ ਉਹਦੀ ਸ਼ਕਲ ਹੀ ਵੇਖਦੀ ਏ ਮੀਤਾ ਤੇ ਹਰਵਿੰਦਰ ਨੇ ਨਿੱਕੀ ਦਾ ਨਾਂ ਹਰਪ੍ਰੀਤ ਰੱਖਿਆ ਤੇ ਉਸ ਨੂੰ ਬਹੁਤ ਪਿਆਰ ਕਰਦੀਆਂ ਅਮਰਕੌਰ ਬਸੜ ਬਾਬੇ ਕੋਲ ਜਾ ਪਹੁੰਚੀ ਤੇ ਜਾ ਕੇ ਰੌਲਾ ਪਾਇਆ ਕਿ ਮੋੜ ਸਾਡਾ 21000 ਮੁੰਡਾ ਨਹੀਂ ਕੁੜੀ ਹੋਈ ਏ ਬਾਬਾ ਕਹਿੰਦਾ ਮੇਰਾ ਕੀ ਕਸੂਰੇ ਤੁਸੀਂ ਦਵਾਈ ਸਮੇਂ ਤੇ ਨਹੀਂ ਦਿੱਤੀ ਮੇਰੇ ਤੇ ਕਿਉਂ ਦੋਸ਼ ਲਾਉਂਦੀ ਏ ਉਹ ਲਟੇਰੇ ਕਿੱਥੇ ਬਾਰੇ ਆਉਣ ਦਿੰਦੇ ਹਨ ਪਰ ਅਮਰਕੌਰ ਕਹਿੰਦੀ ਮੈਂ ਤੇਰੀ ਦੁਕਾਨ ਬੰਦ ਕਰਾ ਕੇ ਛੱਡੂ ਅਮਰਕੌਰ ਉੱਥੇ ਆਏ ਲੋਕਾਂ ਨੂੰ ਵੀ ਕਹਿਣ ਲੱਗੀ ਕਿ ਇਹ ਬਾਬਾ ਝੂਠਾ ਏ ਲੁੱਟਦਾ ਏ ਬਾਬੇ ਦੇ ਚੇਲੇ ਕਹਿੰਦੇ ਜਾ ਮਾਤਾ ਉਂਝ ਹੀ ਰੌਲਾ ਨਾ ਪਾਈ ਜਾ ਇਹ ਬਾਬਿਆਂ ਤੇ ਸਿਆਣਿਆਂ ਨੇ ਲੁੱਟ ਮਚਾਈ ਹੋਈ ਏ ਪਰ ਇਸ ਤੇ ਜ਼ਿੰਮੇਵਾਰ ਵੀ ਅਸੀਂ ਖੁਦ ਹਾਂ ਪੜੇ ਲਿਖੀ ਲੋਕ ਵੀ ਇਹਨਾਂ ਦੇ ਚੁਗਲ ਵਿੱਚ ਫਸ ਜਾਂਦੇ ਹਨ ਹੁਣ ਵੀ ਇੱਕ ਥਾਂ ਪੜੇ ਲਿਖੀ ਲੋਕਾਂ ਨੇ ਮੁੰਡਾ ਹੋਣ ਦੀ ਦਵਾਈ ਲਈ 50000 ਰੁਪਏ ਦਿੱਤੇ। ਉਹ ਬਾਬਾ ਕਿਸੇ ਤੋਂ 50000 ਕਿਸੇ ਤੋਂ ਲੱਖ ਲੈ ਲੱਖ ਰੁਪਏ ਇਕੱਠੇ ਕਰ ਰਫੂ ਚੱਕਰ ਹੋ ਗਿਆ ਤੇ ਫੋਨ ਬੰਦ ਕਰ ਦਿੱਤਾ। ਗੱਲ ਤਾਂ ਇਹ ਹੈ ਕਿ ਬਾਬਿਆਂ ਕੋਲ ਅਸੀਂ ਕਿਉਂ ਜਾ ਬਹਿੰਦੇ ਹਾਂ? ਉਹ ਵੀ ਤਾਂ ਇਨਸਾਨ ਹਨ। ਉਹਨਾਂ ਕੋਲ ਕੀ ਆ ਜੋ ਤੁਹਾਨੂੰ ਮੁੰਡਾ ਦੇ ਦੇਣਗੇ? ਪਰਮਾਤਮਾ ਦੇ ਹੁਕਮ ਨੂੰ ਕਿਉਂ ਨਹੀਂ ਮੰਨਦੇ? ਤੇ ਨਾਲੇ ਜੇ ਮੰਗਣਾ ਤਾਂ ਉਸ ਪਰਮਾਤਮਾ ਤੋਂ ਮੰਗੋ। ਜੋ ਸਭ ਕੁਝ ਦੇਣ ਦੇ ਸਮਰੱਥ ਹੈ ਅਮਰਕੌਰ ਸੋਚ ਰਹੀ ਆ ਕਿ ਮੇਰੇ ਨੂੰ ਪੁੱਤਰ ਠੀਕ ਹੀ ਕਹਿੰਦੇ ਸੀ ਐਨਾ ਪੈਸਾ ਵੀ ਲਟਾਇਆ ਤੇ ਫਿਰ ਵੀ ਕੁੜੀ ਹੋ ਗਈ ਘਰ ਆਈ ਤਾਂ ਮੀਤਾ ਨੇ ਪਾਣੀ ਦਿੱਤਾ ਤੇ ਪੁੱਛਿਆ ਕਿ ਮੰਮੀ ਕਿੱਥੇ ਗਏ ਸੀ ਕਿਤੇ ਨਹੀਂ ਇੱਥੇ ਹੀ ਸੀ ਅਮਰਕੌਰ ਖਿਜੀ ਹੋਈ ਬੋਲੀ ਹਰਕੀਰ ਤੂੰ ਉਸ ਕੋਲ ਆਈ ਤਾਂ ਉਹਨੂੰ ਵੀ ਖਿੱਚ ਕੇ ਕਹਿੰਦੀ ਪਰਾਂ ਦਫਾ ਹੋ ਕਿਥੋਂ ਵੇਂਦੀ ਸੀ ਮਗਰ ਕੁੜੀਆਂ ਦੀ ਲਾਈਨ ਲਾ ਕੇ ਲੈ ਆਈ ਹਰਕੀਰਤ ਰੋਂਦੀ ਹੋਈ ਮੀਤਾ ਕੋਲ ਗਈ ਤਾਂ ਉਸਨੇ ਕਿਹਾ ਤੂੰ ਨਾ ਜਾ ਬੀਜੀ ਕੋਲ ਸੜੀ ਫਿਰਦੀ ਆ ਉਹਨ ਆ ਜਾ ਤੈਨੂੰ ਨਿੱਕੀ ਦੀਦੀ ਚੁਕਾਵਾ ਤੇ ਮੀਤਾ ਹਰਪ੍ਰੀਤ ਨੂੰ ਚੁੱਕ ਕੇ ਹਰਕੀਰਤ ਦੀ ਗੋਦ ਵਿੱਚ ਬਿਠਾ ਦਿੰਦੀ ਆ ਖੁਸ਼ਪ੍ਰੀਤ ਕਹਿੰਦਾ ਕਿ ਮੇਰੀ ਦੀਦੀ ਆ ਮੈਂ ਚੁੱਕਣੀ ਆ ਫਿਰ ਮੀਤਾ ਨਿੱਕੀ ਨੂੰ ਖੁਸ਼ਪ੍ਰੀਤ ਦੀ ਝੋਲੀ ਵਿੱਚ ਦੇ ਦਿੰਦੀ ਆ ਮੀਤਾ ਤੋਂ ਵੀ ਦੋ ਬੱਚਿਆਂ ਕਰਕੇ ਕੰਮ ਘੱਟ ਹੁੰਦਾ ਸੀ ਕੁਝ ਉਸਦੇ ਬੀਅਰ ਦੇ ਪੇਪਰ ਵੀ ਸਨ ਗੁਰਪ੍ਰੀਤ ਮਰਜੀ ਨਾਲ ਹੀ ਕੰਮ ਕਰਦੀ। ਕੁੜੀ ਹੋਣ ਕਰਕੇ ਅਮਰਕੋੜ ਨੇ 11 ਦਿਨਾਂ ਤੇ ਹੀ ਸੁਚਿਆ ਕਰ ਹਰਵਿੰਦਰ ਨੂੰ ਕਹਿੰਦੀ ਕਿ ਕੰਮ ਕਰ ਲਿਆ ਕਰ ਹੁਣ ਮੀਤਾਂ ਨਾਲ। ਮੀਤਾਂ ਦੇ ਬੀ.ਐਡ ਦੇ ਪਹਿਲੇ ਸਾਲ ਦੇ ਪੇਪਰ ਸ਼ੁਰੂ ਹੋ ਗਏ। 5ਵੇਂ ਮਹੀਨੇ ਹੀ পেট ਪੂਰੇ ਟਾਈਮ ਜਿੰਨਾ ਹੋ ਗਿਆ ਸੀ। ਬੜੀ ਮੁਸ਼ਕਿਲ ਨਾਲ ਬੈਠ ਕੇ ਪੇਪਰ ਦਿੰਦੀ। ਸ਼ਰਮ ਦੇ ਮਾਰੇ ਉਹ ਪੇਕੇ ਵੀ ਨਾ ਗਈ। ਫੋਨ ਕਰਕੇ ਮੰਮੀ ਨੂੰ ਦੱਸ ਦਿੱਤਾ ਕਿ ਦੋ ਬੱਚੇ ਹਨ। 10ਵੇਂ ਮਹੀਨੇ ਮੀਤਾਂ ਨੇ ਬੱਚਿਆਂ ਨੂੰ ਜਨਮ ਦਿੱਤਾ। ਦੋ ਬੱਚਿਆਂ ਕਰਕੇ ਮੀਤਾਂ ਨੂੰ ਪੇਕੇ ਭੇਜ ਦਿੱਤਾ ਕਿਉਂਕਿ ਹਰਵਿੰਦਰ ਦੀ ਬੱਚੀ ਵੀ ਛੋਟੀ ਸੀ ਤੇ ਪੇਕਿਆਂ ਦਾ ਸਾਂਝਾ ਪਰਿਵਾਰ ਹੋਣ ਕਰਕੇ ਚਾਚੀਆਂ, ਦਾਦੀ, ਛੋਟੀ ਭੈਣ ਸਾਰੇ ਬੱਚਿਆਂ ਨੂੰ ਸੰਭਾਲ ਲਈ ਹੈ ਹੀ ਸਨ। ਪੇਕੇ ਆਉਣ ਦਾ ਇਹ ਫਾਇਦਾ ਹੋਇਆ ਕਿ ਮੀਤਾਂ ਦੀ ਧੀ ਨੂੰ ਵੀ ਪੁੱਤਰ ਜਿੰਨਾ ਹੀ ਪਿਆਰ ਮਿਲਦਾ। ਹਰਕੀਰਤ ਵੀ ਉੱਥੋਂ ਹੀ ਸਕੂਲ ਚਲੀ ਜਾਂਦੀ ਕਿਉਂਕਿ ਉੱਥੇ ਵੀ ਸਕੂਲ ਦੀ ਬੱਸ ਜਾਂਦੀ ਸੀ। ਜਕਸੀਰ ਤੇ ਦੋ ਗੇੜੇ ਮਾਰਾਇਆ ਬੱਚਿਆਂ ਕੋਲ ਇੱਕ ਦਿਨ ਗੁਰਪ੍ਰੀਤ ਨੂੰ ਨਾਲ ਲੈ ਕੇ ਗਿਆ ਉਹ ਕਹਿੰਦੀ ਮੈਂ ਵੀ ਜਾਣਾ ਬੱਚੇ ਵੇਖਣ 21 ਦਿਨਾਂ ਤੇ ਧਰਮਬੀਰ ਤੇ ਹਰਵਿੰਦਰ ਪੰਜੀਰੀ ਲੈ ਕੇ ਗਏ ਤਾਂ ਸਤਵੀਰ ਹੁਣਾ ਨੇ ਪਰਵਿੰਦਰ ਤੇ ਜਸਵਿੰਦਰ ਦੋ ਮਾਪੂਆਂ ਨੂੰ ਵੀ ਬੁਲਾਇਆ ਹੋਇਆ ਸੀ ਉਹ ਵੀ ਮੀਤਾਂ ਤੇ ਬੱਚਿਆਂ ਦੇ ਕੱਪੜੇ ਲੈ ਕੇ ਆਈਆਂ ਬੱਚਿਆਂ ਲਈ ਖੜਾਉਣੇ ਵਗੈਰਾ ਵੀ ਲਿਆਈਆਂ ਸਤਵੀਰ ਹੁਰਾ ਅਮਰਕੌਰ ਦੇ ਸਾਰੇ ਪਰਿਵਾਰ ਦੇ ਕੱਪੜੇ ਭੇਜੇ ਦੇ ਨਾਲ ਲੱਡੂਆਂ ਦੀ ਭਾਜੀ ਵੀ ਭੇਜੀ ਜਗਸੀਰ ਕਹਿੰਦਾ ਕਿ ਹੁਣ ਲੈ ਆਉਂਦੇ ਹਾਂ ਬੱਚਿਆਂ ਨੂੰ ਘਰ ਪਰ ਬੀਬੀ ਕਹਿਣ ਲੱਗੀ ਨਾ ਸਵਾ ਮਹੀਨੇ ਤੋਂ ਬਾਅਦ ਹੀ ਲੈ ਕੇ ਆਉਣਾ ਮੀਤਾ ਦੀਆਂ ਭੂਆ ਕੁਝ ਦਿਨ ਰਹੀਆਂ ਪਰਵਿੰਦਰ ਮਹਿੰਦਰ ਕੌਰ ਨੂੰ ਕਹਿੰਦੀ ਕਿ ਬੀਜੀ ਮੇਰੀ ਛਾਤੀ ਦੇ ਇੱਕ ਪਾਸੇ ਗਿਲਟੀ ਹੈ ਹਰਦੇਵ ਨੂੰ ਕਈ ਵਾਰ ਕਿਹਾ ਪਰ ਸੁਣਦਾ ਹੀ ਨਹੀਂ ਉਸ ਨੂੰ ਤਾਂ ਸ਼ਰਾਬ ਤੋਂ ਹੀ ਵੇਲ ਨਹੀਂ ਮਿਲਦੀ ਮਹਿੰਦਰ ਕੌਰ ਕਹਿੰਦੀ ਕੀ ਚਲ ਮੈਂ ਤੈਨੂੰ ਮਸਤਵਾਨਾ ਸਾਹਿਬ ਵਿਖੇ ਮੱਥਾ ਟਿਕਾ ਕੇ ਲਿਆਵਾਂਗੀ ਉੱਥੇ ਸਭ ਠੀਕ ਹੋ ਜਾਂਦਾ ਹੈ ਤੇ ਉਹ ਮਸਤਵਾਨੇ ਮੱਥਾ ਟੇਕ ਆਈਆਂ ਸਵਾ ਮਹੀਨਾ ਹੋਇਆ ਤਾਂ ਜਗਸੀਰ ਤੇ ਅਮਰ ਕੌਰ ਗੱਡੀ ਕਰਾ ਕੇ ਮੀਤਾਂ ਤੇ ਬੱਚਿਆਂ ਨੂੰ ਲੈਣ ਗਏ ਉਹਨਾਂ ਕੁੜਮਣੀ ਦੀ ਖੂਬ ਸੇਵਾ ਕੀਤੀ ਤੇ ਫਿਰ ਕੱਪੜੇ ਦੇ ਕੇ ਭੇਜਿਆ ਮੀਤਾਂ ਨੂੰ ਵੀ ਬਹੁਤ ਸਾਮਾਨ ਕੱਪੜੇ ਵਗੈਰਾ ਦਿੱਤੇ ਗੱਡੀ ਵਿੱਚ ਪੂਰੇ ਨਾ ਆਉਣ ਨਾਲ ਲੱਡੂਆਂ ਦੇ ਡੱਬੇ ਵੀ ਦਿੱਤੇ ਤੇ ਧੀ ਤੇ ਬੱਚਿਆਂ ਨੂੰ ਤੋਰਿਆ ਘਰ ਆਏ ਤਾਂ ਹਰਵਿੰਦਰ ਨੇ ਤੇਲ ਜੋਕੇ ਬੱਚਿਆਂ ਦਾ ਸਵਾਗਤ ਕੀਤਾ ਦਰਸ਼ਨ ਸਿੰਘ ਧਰਮਬੀਰ ਗੁਰਪ੍ਰੀਤ ਸਾਰੇ ਬੱਚਿਆਂ ਦਿਵਾਲੇ ਬੈਠ ਗਏ ਖੁਸ਼ਪ੍ਰੀਤ ਤੇ ਹਰਕੀਰਤ ਵੀ ਖੇਡਣ ਲੱਗੇ ਸਾਰਾ ਪਰਿਵਾਰ ਖੁਸ਼ ਸੀ ਕਿ ਜਗਸੀਰ ਦੇਵੀ ਪੁੱਤਰ ਹੋ ਗਿਆ ਚਲੋ ਧੀਆ ਵੀ ਟਕੀਆਂ ਗਈਆਂ ਅਗਲੇ ਦਿਨ ਸਵੇਰੇ ਜਗਸੀਰ ਮੀਤਾਂ ਤੇ ਅਮਰਕੌਰ ਬੱਚਿਆਂ ਨੂੰ ਬਹਾਦਰਗੜ ਗੁਰਦੁਆਰਾ ਸਾਹਿਬ ਮੱਠ ਠਕਾਉਣ ਗਏ ਜਗਸੀਰ ਲੱਡੂਆਂ ਦਾ ਡੱਬਾ ਪ੍ਰਸ਼ਾਦ ਲਈ ਲੈ ਲੈਂਦਾ ਹੈ ਮੀਤਾ ਕਹਿੰਦੀ ਸੀ ਕਿ ਬੱਚਿਆਂ ਦੇ ਨਾਂ ਗੁਰਦੁਆਰਾ ਸਾਹਿਬ ਤੋਂ ਹੁਕਮਨਾਮਾ ਦੇ ਅੱਖਰ ਤੋਂ ਹੀ ਰਖੜੇ ਹਨ ਗੁਰਦੁਆਰਾ ਸਾਹਿਬ ਉਹ ਗ੍ਰੰਥੀ ਜੀਤੋ ਅਰਦਾਸ ਕਰਵਾਉਂਦੇ ਹਨ ਮੀਤਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੀ ਹੈ ਕਿ ਮੇਰੀ ਤੁਸੀਂ ਅੰਗ ਸੰਗ ਹੋ ਕੇ ਸਹਾਇਤਾ ਕੀਤੀ ਤੇ ਪੁੱਤਰ ਨਾਲ ਮੇਰੀ ਧੀ ਨੂੰ ਵੀ ਬਚਾ ਲਿਆ ਹੁਕਮਨਾਮਾ ਸਾਹਿਬ ਦਾ ਪਹਿਲਾ ਅੱਖਰ ਮਮਾ ਆਉਂਦਾ ਹੈ ਮੀਤਾ ਗੁੜੀਆ ਦਾ ਨਾਮ ਮਨਸੀਰਤ ਕੌਰ ਰੱਖਦੀ ਹੈ ਤੇ ਜਗਸੀਰ ਬੇਟੇ ਦਾ ਨਾਮ ਮਨਜੂਲ ਸਿੰਘ ਰੱਖਦਾ ਹੈ ਮੀਤਾ ਅਰਦਾਸ ਕਰਦੀ ਹੈ ਕਿ ਪਰਮਾਤਮਾ ਮੇਰੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ ਮੇਰੀਆਂ ਧੀਆਂ ਨੂੰ ਇੰਨਾ ਕਾਬਲ ਬਣਾਉਣਾ ਕਿ ਮੈਂ ਆਪਣੀਆਂ ਧੀਆਂ ਤੇ ਮਾਣ ਮਹਿਸੂਸ ਕਰਾਂ ਘਰ ਆ ਕੇ ਉਹ ਬੱਚਿਆਂ ਦੇ ਨਾਂ ਸਾਰਿਆਂ ਨੂੰ ਦੱਸਦੇ ਹਨ ਬੀਬੀ ਤਾਂ ਆਉਂਦੇ ਹੀ ਮਨਜੋਤ ਨੂੰ ਗੋਦ ਵਿੱਚ ਲੈ ਕੇ ਬੈਠ ਗਈ ਤੇ ਮੀਤਾ ਨੂੰ ਕਹਿੰਦੀ ਆਪਣਾ ਮੁੰਡਾ ਮੈਂ ਆਪੇ ਪਾਲਾਂਵਾਂਗੀ ਤੂੰ ਬਸ ਦੁੱਧ ਪਿਆ ਦਿਆ ਕਰੀ ਕੁੜੀ ਨੂੰ ਤੂੰ ਆਪੇ ਸੰਭੀ ਮੀਤਾ ਨੂੰ ਪਤਾ ਸੀ ਕਿ ਦੋ ਬੱਚੇ ਪਾਲਣੇ ਕਿਹੜਾ ਸੌਖੇ ਨੇ ਮੰਮੀ ਨੇ ਪੋਤੇ ਦੀ ਪੂਰੀ ਗੌਰ ਕਰਨੀ ਆ ਮਨਸੀਰ ਨੂੰ ਤਾਂ ਇਹਨੇ ਕਿਹੜਾ ਚੁੱਕਣਾ ਈ ਕਦੇ ਕਰੇ ਅਮਰਕੌਰ ਕਹਿੰਦੀ ਰੱਬ ਨੇ ਕੁੜੀਆਂ ਨਾਲ ਵਿੜਾ ਭਰ ਦਿੱਤਾ ਤੇ ਇੱਕ ਇੱਕ ਜੀ ਦਿੱਤਾ ਦੋਵਾਂ ਨੂੰ ਦੋ ਦੋ ਪੁੱਤਰ ਹੁੰਦੇ ਮੇਰੇ ਮੁੰਡਿਆਂ ਦੇ ਤਾਂ ਮੇਰੇ ਕਲੇਜੇ ਠੰਡ ਪੈਂਦੀ ਖੁਸ਼ਪ੍ਰੀਤ ਤੇ ਹਰਕੀਰ ਦੋਵੇਂ ਸਕੂਲ ਚਲੇ ਜਾਂਦੇ ਤੇ ਤਿੰਨੇ ਨਿੱਕੇ ਬੱਚੇ ਰੌਣਕ ਲਾਈ ਰੱਖਦੇ ਇੱਕ ਚੁੱਪ ਕਰਦਾ ਤੇ ਦੂਜਾ ਰੋਣ ਲੱਗ ਜਾਂਦਾ ਗੁਰਪ੍ਰੀਤ ਵੀ ਸਾਰਾ ਦਿਨ ਭਤੀਜੇ ਭਤੀਜੀਆਂ ਨੂੰ ਖੜਾਉਂਦੀ ਰਹਿੰਦੀ ਕੰਮ ਘੱਟ ਕਰਦੀ ਇੱਕ ਦਿਨ ਦਰਸ਼ਨ ਸਿੰਘ ਦੀ ਚਾਚੇ ਦੀ ਧੀ ਭੈਣ ਆਈ ਤੇ ਕਹਿੰਦੀ ਵੀਰ ਮੈਂ ਤੇਰੀ ਧੀ ਲਈ ਰਿਸ਼ਤਾ ਦਸਣਾਈਆ। ਦਰਸ਼ਨ ਸਿੰਘ ਕਹਿੰਦਾ, "ਦੱਸ ਪਿਆਰੋ, ਅਸੀਂ ਕਿਹੜਾ ਤੈਨੂੰ ਮਨਾ ਕਰਦੇ ਹਾਂ?" ਪਿਆਰੋ ਕਹਿੰਦੀ, "ਸਾਡੀ ਰਿਸ਼ਤੇਦਾਰੀ ਵਿੱਚ ਹੈ ਮੁੰਡਾ। 12 ਕਿੱਲੇ ਜ਼ਮੀਨ ਹੈ। ਪਿਓ ਫੌਜ ਵਿੱਚ ਰਿਟਾਇਰ ਹੋਇਆ ਤੇ ਮੁੰਡਾ ਹੁਣੇ ਪੁਲਿਸ ਵਿੱਚ ਭਰਤੀ ਹੋਇਆ। ਇੱਕ ਭੈਣ ਹੈ ਵੱਡੀ, ਉਹ ਵਿਆਹੀ ਹੋਈ ਏ। ਨੌਕਰੀ ਵਾਲਾ ਪਰਿਵਾਰ ਤੇ ਵੇਖ ਲੈਂਦੇ ਹਾਂ। ਕੁੜੀ ਆਪਣੀ ਤੇ ਦਾਸ ਹੀ ਕੀਤੀਆਂ ਨੇ ਦਰਸ਼ਨ ਸਿੰਘ ਕਹਿੰਦਾ ਕੋਈ ਨਹੀਂ ਵੀਰ ਉਹ ਕਹਿੰਦੇ ਆ ਵੀ ਕੁੜੀ ਚੰਗੇ ਘਰ ਘਰਾਣੇ ਦੀ ਹੋਵੇ ਧੰਨਵਾਦ ਜੀ ਇਸ ਨਾਵਲ ਦਾ ਆਖਰੀ ਭਾਗ ਕੱਲ ਨੂੰ ਅਪਲੋਡ ਕੀਤਾ ਜਾਵੇਗਾ ਜੀ ਚੈਨਲ ਦੇ ਨਾਲ ਜੁੜੇ ਰਹੋ ਕਮੈਂਟਸ ਰਾਹੀਂ ਦੱਸਿਆ ਕਰੋ ਕਿ ਨਾਵਲ ਕਿਵੇਂ ਲੱਗ ਰਿਹਾ ਤੁਹਾਨੂੰ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ